ਮੇਰੇ ਜਿੰਨੇ ਵੀ ਵੀਰ ਯੂਕਰੇਨ ਦੇ ਵਿੱਚ ਰਹਿਣ ਦੇ ਨੇ ਮੇਰੇ ਆਪਣੇ ਜ਼ਾਤੀ ਦੋਸਤ ਜਿਹੜੇ ਨੇ ਮੇਰੇ ਵੀਰ ਭਰਾ ਜਿਨ੍ਹਾਂ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਜਿੰਨੇ ਵੀ ਮੇਰੇ ਕਲੋਜ਼ ਫਰੈਂਡ ਜਿਹੜੇ ਯੂਕਰੇਨ ਦੇ ਵਿੱਚ ਰਹਿੰਦੇ ਨੇ ਆ ਲਾਸਟ ਵੀਕ ਮੇਰੀ ਕਾਫੀ ਜ਼ਿਆਦਾ ਉਹਨਾਂ ਨਾਲ ਡਿਸਕਸ ਹੋਈ ਆ ਇਸ ਟਾਪਿਕ ਦੇ ਉੱਤੇ ਕਿ ਸ਼ੈਂਜਿਨ ਜ਼ੋਨ ਜਿਹੜਾ ਵੇ 26 ਕੰਟਰੀਆਂ ਦਾ ਜਿਹੜਾ ਇੱਕ ਸਟੇਟ ਹੈ ਉਹਦੇ ਵਿੱਚ ਕੀ ਯੂਕਰੇਨ ਵੀ ਐਂਟਰ ਹੋਣ ਲੱਗਾ ਹੈ ਅੱਜ ਦੇ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਕਿ ਜੇ ਹੋ ਗਿਆ ਤੇ ਫਿਰ ਕੀ ਕੀ ਬੈਨੀਫਿਟ ਹੋਣਗੇ ਕਿੰਨੀ ਦੇਰ ਤੱਕ ਚਾਂਸ ਹੈ ਕਿ ਇਹ ਹੋਈਏਗਾ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਕਰਨਾ ਜ਼ਰੂਰ ਤੱਕਿਓ ਇਹ ਵੀਡੀਓ ਇੰਡੀਅਨ ਸਿਟੀਜ਼ਨ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਸ ਟਾਈਮ ਇੰਡੀਆ ਦੇ ਪਾਸਪੋਰਟ ਦੇ ਉੱਤੇ ਯੂਕਰੇਨ ਦਾ ਵੀਜ਼ਾ ਔਨ ਅਰਾਈਵਲ ਹੈ 에ਅਰਪੋਰਟ ਦੇ ਉੱਤੇ ਤੁਹਾਨੂੰ ਵੀਜ਼ਾ ਲੱਭ ਜਾਂਦਾ ਹੈ ਐਡਵਾਂਸ ਦੇ ਵੀਜ਼ਾ ਲੈਣ ਦੀ ਤੁਹਾਨੂੰ ਲੋੜ ਨਹੀਂ ਹੈ ਪਹਿਲੇ ਨੰਬਰ ਤੇ ਇਹ ਗੱਲ ਇਹ ਵੇ ਕਿ ਹਾਈਏ ਤੱਕ ਯੂਕਰੇਨ ਜਿਹੜਾ ਉਹ ਸ਼ੈਂਜਨ ਜ਼ੋਨ ਦੇ ਵਿੱਚ ਐਂਟਰ ਨਹੀਂ ਹੋਇਆ ਕਦੋਂ ਹੋਏਗਾ ਆ ਇਹਦਾ ਜਿਹੜਾ ਐਲਾਨ ਹੈ ਇਹਦੀ ਜਿਹੜੀ ਅਨਾਉਂਸਮੈਂਟ ਉਹ ਫਰਵਰੀ ਤੋਂ ਪਹਿਲਾਂ ਪਹਿਲਾਂ ਹੋਈਏਗੀ ਕਿ ਫਰਵਰੀ 2022 ਦਾ ਜਿਹੜਾ ਫਰਵਰੀ ਦਾ ਮਹੀਨਾ ਹੈ ਉਹ ਕਾਫੀ ਜ਼ਿਆਦਾ ਇੰਪੋਰਟੈਂਟ ਹੋਵੇਗਾ ਯੂਕਰੇਨ ਵਾਸਤੇ ਕਿਉਂਕਿ ਯੂਕਰੇਨ ਦੇ ਕੁਝ ਕੌਂਟਰੈਕਟ ਨੇ ਕੁਝ ਮਾਦੇ ਨੇ ਜਿਹੜੇ ਕਿ ਇਸ ਟਾਈਮ ਚੱਲਣ ਦੇ ਨੇ ਜਰਮਨੀ ਦੇ ਨਾਲ ਫਰਾਂਸ ਦੇ ਨਾਲ ਜੋ ਕਾਮਯਾਬ ਹੋ ਜਾਂਦੇ ਨੇ ਤੇ ਇਤਲੂ ਰਸ਼ੀਆ ਕੋਈ ਵੀ ਐਸਾ ਕੰਮ ਨਹੀਂ ਕਰਦਾ ਤੇ ਫਿਰ ਤੇ ਕਾਮਯਾਬੀ ਦੇ ਨਾਲ ਜਿਹੜਾ ਯੂਕਰੇਨ ਹੈ ਉਹ ਯੂਰਪ ਦੇ ਵਿੱਚ ਐਂਟਰ ਹੋਈਏਗਾ ਤੇ ਤੁਸੀਂ ਕਹਿ ਸਕਦੇ ਹੋ ਕਿ ਬੜੇ ਜਿਹੜੇ ਇੰਡੀਅਨ ਇਸ ਟਾਈਮ ਯੂਕਰੇਨ ਦੇ ਵਿੱਚ ਫਸੇ ਨੇ ਤਕਰੀਬਨ ਇੱਕ ਰਿਪੋਰਟ ਕਹਿੰਦੀ ਏ ਤੁਸੀਂ ਇੰਟਰਨੈਟ ਤੇ ਜਾ ਕੇ ਆਪ ਵੀ ਵੇਖ ਲਿਓ ਵਿਕੀਪੀਡੀਆ ਦੇ ਉੱਤੇ ਤਕਰੀਬਨ 7 ਤੋਂ 8 ਲੱਖ ਜਿਹੜਾ ਇੰਡੀਆ ਨੇ ਉਹ ਯੂਕਰੇਨ ਦੇ ਵਿੱਚ ਰਹਿਣ ਲਿਆ ਹੋਵੇ ਸਟੱਡੀ ਬੇਸ ਤੇ ਇਲੀਗਲ ਬੇਸ ਤੇ ਵਰਕ ਬੇਸ ਤੇ ਯਾ ਫਿਰ ਕੰਮ ਦੀ ਬੇਸਤੇ ਯੂਕਰੇਨ ਦੇ ਵਿੱਚ ਇੰਡੀਅਨ ਸਿਟੀਜ਼ਨ ਜਿਹੜੇ ਦੇਸ਼ ਹੀ ਨਹੀਂ ਆਪਣੇ ਉਹ ਯੂਕਰੇਨ ਦੇ ਵਿੱਚ ਰਹਿਣ ਡੇ ਨੇ ਐਸ ਟਾਈਮ ਯੂਕਰੇਨ ਦਾ ਵੀਜ਼ਾ ਓਨ ਅਰਾਈਵਲ ਇੰਡੀਅਨ ਪਾਸਪੋਰਟ ਦੇ ਉੱਤੇ ਤੇ ਜਦੋਂ ਯੂਕਰੇਨ ਸ਼ੇਨਜਨ ਦੇ ਵਿੱਚ ਐਂਟਰ ਹੋ ਗਿਆ ਤੇ ਫਿਰ ਯੂਕਰੇਨ ਦਾ ਜਿਹੜਾ ਵੀਜ਼ਾ ਔਨ ਅਰਾਈਵਲ ਉਹ ਕੈਨਸਲ ਹੋਈਏਗਾ ਫਿਰ ਉਸ ਸੂਰਤ ਦੇ ਵਿੱਚ ਤੁਹਾਨੂੰ ਯੂਕਰੇਨ ਦਾ ਵੀਜ਼ਾ ਰਿਕੁਆਇਰਡ ਹੋਗਾ ਇੰਡੀਅਨ ਸਿਟੀਜ਼ਨ ਨੂੰ ਤੁਹਾਨੂੰ ਵੀਜ਼ਾ ਲੈ ਕੇ ਯੂਕਰੇਨ ਜਾਣਾ ਪਏਗਾ ਤੇ ਜੇ ਤੁਸੀਂ ਯੂਕਰੇਨ ਪਹੁੰਚ ਗਏ ਤੇ ਫਿਰ ਤੁਸੀਂ ਬਾਕੀ ਜਿੰਨੀਆਂ ਵੀ ਸ਼ੈਂਜਨ ਦੀਆਂ ਕੰਟਰੀਆਂ ਨੇ ਉਹ ਵਿਦਆਊਟ ਵੀਜ਼ਾ ਟਰੈਵਲ ਕਰ ਸਕਦੇ ਹੋ ਤੇ ਮੇਰੀ ਤਾਂ दिली ਖੁਆਇਸ਼ ਇਹ ਵੇ ਕਿ ਯੂਕਰੇਨ ਯੂਰਪ ਦੇ ਵਿੱਚ ਐਂਟਰ ਹੋਈ ਜਾਵੇ ਤੇ ਤਾਂ ਕਿ ਜਿੰਨੇ ਵੀ ਸਾਡੇ ਵੀਰ ਭਰਾ ਇਸ ਟਾਈਮ ਆ ਯੂਕਰੇਨ ਦੇ ਵਿੱਚ ਫਸੇ ਨੇ ਉਹ ਸ਼ੈਨਜਨ ਦੇ ਵਿੱਚ ਆ ਫ੍ਰੀਲੀ ਘੁੰਮ ਫੇਰ ਸਕਣ ਕਿਉਂਕਿ ਜੇ ਤੇ ਯੂਕਰੇਨ ਸ਼ੈਨਜਨ ਦੇ ਵਿੱਚ ਉਹ ਆ ਗਿਆ ਤੇ ਯੂਕਰੇਨ ਦਾ ਜਿੰਨਾ ਵੀ ਪੋਲੈਂਡ ਦੇ ਨਾਲ ਤੇ ਹੰਗਰੀ ਦੇ ਨਾਲ ਬਾਰਡਰ ਸ਼ੇਅਰ ਕਰਦਾ ਉਹ ਟੋਟਲੀ ਫ੍ਰੀਲੀ ਓਪਨ ਹੋ ਜਾਏਗਾ ਕੋਈ ਵੀ ਐਡੀ ਸਿਕਿਉਰਟੀ ਨਹੀਂ ਰਹੋਵੇਗੀ ਤੇ ਜਿੰਨੇ ਵੀ ਮੇਰੇ ਵੀਰ ਆਸ ਟਾਈਮ ਉਥੇ ਫਸੇ ਨੇ ਯੂਕਰੇਨ ਦੇ ਵਿੱਚ ਉਹ ਸੌਕੇ ਤਰੀਕੇ ਦੇ ਨਾਲ ਅੱਗੇ ਪੋਲੈਂਡ ਜਰਮਨੀ ਇਟਲੀ ਜਾ ਕੇ ਤੇ ਪੇਪਰਾਂ ਵਾਸਤੇ ਅਪਲਾਈ ਕਰ ਸਕਦੇ ਨੇ ਆਪਣੇ ਪੇਪਰਾਂ ਨੂੰ ਜਮਾ ਕਰਾ ਕੇ ਤੇ ਪੇਪਰ ਲੈਣ ਦੇ ਪ੍ਰੋਸੀਜਰ ਦੇ ਵਿੱਚ ਆ ਸਕਦੇ ਨੇ ਹਾਂਜੀ ਤੇ ਮਿੱਤਰੋ ਤੁਹਾਡਾ ਕੀ ਖਿਆਲ ਹੈ ਕਿ ਯੂਕਰੇਨ ਆਸ਼ਾਂਜਨ ਦੇ ਵਿੱਚ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ ਤਾਂ ਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੀਆਂ ਤੁਹਾਨੂੰ ਨੈਕਸਟ ਵੀਡੀਓ ਤੇ